ਸਿੱਖਿਆ ਵਿਭਾਗ ਦੇ ਵੱਲੋਂ ਬੱਚਿਆਂ ਦੀ ਵੱਧਦੀ ਗਿਣਤੀ ਤੋਂ ਬਾਅਦ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਗਰਮੀ ਦੇ ਵਿੱਚ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਪਹਿਲੀ ਸ਼ਿਫਟ ਹੋਏਗੀ ਤੇ ਗਰਮੀਆਂ ਦੇ ਵਿੱਚ ਦੁਪਹਿਰੇ 12:30 ਵਜੇ ਤੋਂ ਸ਼ਾਮ 5:30 ਵਜੇ ਤੱਕ ਦੂਜੀ ਸ਼ਿਫਟ ਹੋਵੇਗੀ। ਜਦਕਿ ਸਰਦੀਆਂ ਦੇ ਵਿੱਚ 7:30 ਤੋਂ ਦੁਪਹਿਰ 12:30 ਵਜੇ ਤੱਕ ਪਹਿਲੀ ਸ਼ਿਫਟ ਤੇ ਸਰਦੀਆਂ ਦੇ ਵਿੱਚ ਦੁਪਹਿਰ ਦੇ ਸਮੇਂ 12:30 ਤੋਂ 5 ਵਜੇ ਤੱਕ ਦੂਜੀ ਸ਼ਿਫਟ ਹੋਏਗੀ। ਤਾਂ ਹੁਣ ਕੀ ਸਾਰੇ ਸਕੂਲਾਂ ਦੇ ਵਿੱਚ ਇਸ ਤਰੀਕੇ ਨਾਲ ਬੱਚਿਆਂ ਦੀ ਗਿਣਤੀ ਜ਼ਿਆਦਾ ਹੋ ਰਹੀ ਹੈ ਜਾਂ ਫਿਰ ਕੋਵਿਡ ਵਰਗੇ ਹਾਲਾਤ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ। ਖੈਰ ਵਜਾ ਕੁਝ ਵੀ ਹੋਵੇ ਪਰ ਦੋ ਸ਼ਿਫਟਾਂ ਦੇ ਵਿੱਚ ਸਕੂਲ ਲੱਗਣਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੀ ਕਲਾਸ ਮਾਰਨਿੰਗ 'ਚ ਹੋਵੇ ਜਾਂ ਫਿਰ ਆਫਟਰਨੂਨ ਵਾਲੀ ਸ਼ਿਫਟ ਦੇ ਵਿੱਚ ਹੋਵੇ ਯਾਨੀ ਕਿ ਦੁਪਹਿਰ ਵਾਲੀ ਸ਼ਿਫਟ ਦੇ ਵਿੱਚ ਹੋਵੇ ਹਾਂਜੀ ਹਾਲਾਂਕਿ ਹੋ ਸਕਦਾ ਹੈ ਕਿ ਉਹਨੂੰ ਇਵਨਿੰਗ ਸ਼ਿਫਟ ਦਾ ਨਾਮ ਦੇ ਦਿੱਤਾ ਜਾਵੇ। ਪੰਜਾਬ ਦੇ ਸਕੂਲਾਂ ਦੇ ਵਿੱਚ ਡਬਲ ਸ਼ਿਫਟ ਦਾ ਫੈਸਲਾ ਲਿਆ ਗਿਆ ਹੈ। ਹਾਂਜੀ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿੱਤਾ ਗਿਆ ਵਾ ਕਿ ਜਿਹੜੇ ਤੁਹਾਡੇ ਹੁਣ ਸਕੂਲ ਨੇ ਉਹਨਾਂ ਨੂੰ ਦੋ ਸ਼ਿਫਟਾਂ ਦੇ ਵਿੱਚ ਚਲਾਇਆ ਜਾਵੇਗਾ ਇੱਕ ਹੋएगी ਪਹਿਲੀ ਸ਼ਿਫਟ ਇੱਕ ਹੋएगी ਦੂਸਰੀ ਸ਼ਿਫਟ ਯਾਨੀ ਕਿ ਈਵਨਿੰਗ ਸੈਸ਼ਨ ਤੇ ਮਾਰਨਿੰਗ ਸੈਸ਼ਨ ਮਾਰਨਿੰਗ ਸੈਸ਼ਨ ਦੋਸਤੋ ਉਹਦੀ ਟਾਈਮਿੰਗ ਹੋਏਗੀ 7:30 ਤੋਂ ਲੈ ਕੇ 12:30 ਤੱਕ ਤੇ ਜਿਹੜੀ ਤੁਹਾਡੀ ਈਵਨਿੰਗ ਸੈਸ਼ਨ ਹੈ ਯਾਨੀ ਕਿ ਜਿਹੜੀ ਦੂਜੀ ਸ਼ਿਫਟ ਹੈ ਉਹ 12:30 ਤੋਂ ਲੈ ਕੇ 5:30 ਤੱਕ ਦਾ ਹੋਏਗਾ ਤਾਂ ਦੋਸਤੋ ਇਹ ਕਿਉਂ ਕੀਤਾ ਗਿਆ ਵਾ ਕਿਉਂਕਿ ਕਈ ਕਲਾਸ ਕਈ ਸਕ ਠੀਕ ਹੈ ਤਾਂ ਜਿਹੜੇ ਅਧਿਆਪਕ ਹਨ ਉਹਨਾਂ ਨੂੰ ਪੜਾਉਣ ਦੇ ਵਿੱਚ ਥੋੜੇ ਜੇ ਦਿੱਕਤ ਆਉਂਦੀ ਹੈ ਤਾਂ ਉਸ ਲਈ ਦੋਸਤੋ ਇਹ ਜਿਹੜੀ ਡਬਲ ਸ਼ਿਫਟ ਲਗਾਈ ਜਾ ਰਹੀ ਆ ਅੱਧੇ ਵਿਦਿਆਰਥੀਆਂ ਨੂੰ ਠੀਕ ਹੈ ਜੀ ਪਹਿਲੀ ਸ਼ਿਫਟ ਦੇ ਵਿੱਚ ਬੁਲਾਣਗੇ ਤੇ ਅੱਧੇ ਵਿਦਿਆਰਥੀ ਜਿਵੇਂ ਕਿ ਹੈਗੇ ਆ ਉਹਨਾਂ ਨੂੰ ਜਿਹੜਾ ਈਵਨਿੰਗ ਸ਼ਿਫਟ ਦੇ ਵਿੱਚ ਬੁਲਾਣਗੇ ਬਾਕੀ ਦੋਸਤੋ ਤੁਹਾਡੇ ਤਾਂ ਹਜੇ ਛੁੱਟੀ ਪੈਣਗੀਆਂ ਡੇਢ ਮਹੀਨੇ ਦੀਆਂ ਜਿਹੜੀ ਗਰਮੀ ਦੀਆਂ ਛੁੱਟੀਆਂ ਪੈਣਗੀਆਂ 15 ਤਰੀਕ ਤੋਂ 15 ਮਈ ਤੋਂ ਤਾਂ ਹਜੇ ਤੱਕ ਤਾਂ ਦੋਸਤੋ ਇਹ ਜਿਹੜਾ ਸਿਸਟਮ ਹੈ ਨਹੀਂ ਲਾਗੂ ਹੋਏਗਾ ਬਟ ਦੋਸਤੋ ਜਦੋਂ ਤੁਹਾਡੀਆਂ ਛੁੱਟੀਆਂ ਖਤਮ ਠੀਕ ਹੈ ਫਿਰ ਦੋਸਤੋ ਜਦੋਂ ਤੁਸੀਂ ਸਕੂਲ ਆਉਂਗੇ ਤਾਂ ਉਦੋਂ ਇਹ ਜਿਹੜਾ ਸਿਸਟਮ ਹੈ ਲਾਗੂ ਕੀਤਾ ਜਾਊਗਾ ਠੀਕ ਹੈ ਬਾਕੀ ਹਜੇ ਤੱਕ ਤਾਂ ਫਿਲਹਾਲ ਜਿਹੜਾ ਤੁਹਾਡਾ ਸਿਸਟਮ ਹੈ ਉਹ 7 ਵਜੇ ਤੋਂ ਲੈ ਕੇ ਠੀਕ ਹੈ 12 ਵਜੇ ਤੱਕ ਦਾ ਵਾਲਾ ਜਿਹੜਾ ਸਿਸਟਮ ਹੈ ਸਾਢੇ 12 ਜਾਂ 12 ਵਜੇ ਤੱਕ ਦਾ ਤੁਹਾਡਾ ਸਕੂਲ ਲੱਗਦਾ ਵਾ ਠੀਕ ਹੈ ਉਹ ਉਮੀ ਹਜੇ ਲੱਗੇਗਾ ਫਿਲਹਾਲ ਬਾਕੀ ਜਦੋਂ ਡੇਢ ਮਹੀਨੇ ਜਦੋਂ ਕੰਪਲੀਟ ਹੋਗੇ ਤੁਹਾਡੀਆਂ ਛੁੱਟੀਆਂ ਖਤਮ ਹੋ ਗਈਆਂ ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਸਿਸਟਮ ਹੈ ਪਹਿਲੀ ਸ਼ਿਫਟ ਤੇ ਦੂਜੀ ਸ਼ਿਫਟ ਇਹ ਤੁਹਾਡਾ ਲਾਗੂ ਹੋ ਜਾਏਗਾ ਠੀਕ ਹੈ ਤਾਂ ਇਹ ਕਿਉਂ ਕੀਤਾ ਗਿਆ ਮੈਂ ਫਿਰ ਤੋਂ ਦ ਕੀਤਾ ਜਾ ਰਿਹਾ ਵਾ ਜਿਵੇਂ ਇੱਕ ਐਗਜ਼ਾਮਪਲ ਦੇ ਲਈ ਕਿਸੇ ਇਸ ਕਲਾਸ ਵਿੱਚ ਮੰਨ ਕੇ ਚਲੋ ਕਿ 100 ਵਿਦਿਆਰਥੀ ਹਨ ਤਾਂ ਹੋ ਸਕਦਾ ਕਿ ਉਹਨਾਂ ਨੂੰ ਜਿਹੜੇ ਪੰਜਾਬ ਵਿਦਿਆਰਥੀਆਂ ਉਹਨਾਂ ਨੂੰ ਪਹਿਲੀ ਸ਼ਿਫਟ ਦੇ ਵਿੱਚ ਬੁਲਾ ਲੈਣ ਤੇ ਜਿਹੜੇ 50 ਰਹਿ ਗਏ ਉਹਨਾਂ ਨੂੰ ਜਿਹੜੀ ਦੂਸਰੀ ਸ਼ਿਫਟ ਹੈ ਉਹਦੇ ਵਿੱਚ ਸਕੂਲ ਬੁਲਾ ਲੈਣ ਠੀਕ ਹੈ ਇਹਦੇ ਰਿਗਾਰਡਿੰਗ ਦੋਸਤੋ ਅਫੀਸ਼ੀਅਲ ਨੋਟਿਸ ਵੀ ਆ ਗਿਆ ਵਾ ਅਫੀਸ਼ੀਅਲ ਨੋਟਿਸ ਤੁਹਾਨੂੰ ਦਿਖਾ ਦਿੰਨੇ ਆ ਇਹ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਇਹ ਨੋਟਿਸ ਵੀ ਜਾਰੀ ਹੋਇਆ ਵਾ ਤਾਂ ਇਸ ਨੋਟਿਸ ਦੇ ਵਿੱਚ ਵਿਸ਼ਾ ਕੀ ਹੈ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ਕਰਨ ਸੰਬੰਧੀ ਹਦਾਇਤਾਂ ਤਾਂ ਦੇਖ ਸਕਦੇ ਹੋ ਕਿ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ਵਿੱਚ ਚਲਾਉਣ ਲਈ ਵਿਭਾਗ ਪਾਸ ਬਹੁਤ ਸਾਰੀਆਂ ਪ੍ਰਤੀ ਬੇਨਤੀਆਂ ਪ੍ਰਾਪਤ ਹੁੰਦੀਆਂ ਹਨ ਅਜਿਹੀਆਂ ਪ੍ਰਤੀ ਬੇਨਤੀਆਂ ਤੇ ਵਿਚਾਰ ਕਰਨ ਉਪਰੰਤ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ਵਿੱਚ ਚਲਾਉਣ ਸੰਬੰਧੀ ਹੇਠ ਲਿਖੇ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਪਹਿਲਾ ਪੁਆਇੰਟ ਕੀ ਹੈ ਦੇਖ ਸਕਦੇ ਹੋ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਜਿਆਦਾ ਗਿਣਤੀ ਜਿਹੜੀ ਹੋਣ ਕਰਕੇ ਠੀਕ ਹੈ ਜੀ ਅਤੇ ਜਗ੍ਹਾ ਕਮਰਿਆਂ ਅਤੇ ਹੋਰ ਇਨਫਰਾਸਟ੍ਰਕਚਰ ਦੀ ਘਾਟ ਹੋਣ ਦੀ ਸੂਰਤ ਵਿੱਚ ਹੀ ਸਬੰਧਤ ਸਕੂਲ ਨੂੰ ਡਬਲ ਸ਼ਿਫਟ ਲਈ ਜਿਹੜਾ ਹੈਗਾ ਠੀਕ ਹੈ ਵਿਚਾਰਿਆ ਜਾਵੇਗਾ ਯਾਨੀ ਕਿ ਜਿੱਥੇ ਵਿਦਿਆਰਥੀ ਜਿਆਦਾ ਨੇ ਤੇ ਕਮਰੇ ਘੱਟ ਹਨ ਠੀਕ ਹੈ ਜੀ ਤੇ ਜਗ੍ਹਾ ਘੱਟ ਹੈ ਉਹਨਾਂ ਕੋਲ ਤੇ ਇਨਫਰਾਸਟ੍ਰਕਚਰ ਯਾਨੀ ਕਿ ਡੈਕਸ ਵਗੈਰਾ ਹੋਰ ਵੀ ਜਿਹੜੀ ਸਹੂਲਤਾਂ ਨੇ ਉਹ ਘੱਟ ਹਨ ਤਾਂ ਉਹਨਾਂ ਨੂੰ ਦੋਸਤੋ ਡਬਲ ਸ਼ਿਫਟ ਦੇ ਵਿੱਚ ਵਿਚਾਰਿਆ ਜਾਵੇਗਾ ਤੇ ਇਹਦੇ ਵਿੱਚ ਪਹਿਲਾ ਪੁਆਇੰਟ ਕੀ ਲਿਖਿਆ ਹੈ ਕਿ ਜਿੱਥੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲ ਇੱਕੋ ਕੈਂਪਸ ਵਿੱਚ ਚੱਲਦੇ ਹਨ ਦੋਵੇਂ ਸਕੂਲਾਂ ਦੇ ਸਕੂਲ ਮੁਖੀਆਂ ਦੀ ਆਪਸੀ ਸਹਿਮਤੀ ਨਾਲ ਠੀਕ ਹੈ ਜੀ ਜੋ ਤਜਵੀਜ਼ ਵਿਭਾਗ ਨੂੰ ਭੇਜੀ ਜਾਵੇਗੀ ਉਹ ਉਹ ਅਨੁਸਾਰ ਸਕੂਲਾਂ ਨੂੰ ਡਬਲ ਸ਼ਿਫਟ ਕਰਨ ਸੰਬੰਧੀ ਵਿਚਾਰ ਕੀਤਾ ਜਾਵੇਗਾ ਠੀਕ ਹੈ ਤੇ ਅੱਗੇ ਦੋਸਤੋ ਕੀ ਲਿਖਿਆ ਕਿ ਜਿੱਥੇ ਹਾਈ ਅਤੇ ਸੀਨੀਅਰ ਸਕੈੰਡਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਠੀਕ ਹੈ ਤਾਂ ਅਜਿਹੇ ਸਕੂਲਾਂ ਨੂੰ ਡਬਲ ਸ਼ਿਫਟ ਕਰਨ ਸੰਬੰਧੀ ਸਕੂਲਾਂ ਦੇ ਮੁਖੀਆਂ ਵੱਲੋਂ ਭੇਜੀ ਗਈ ਤਜਵੀਜ਼ ਅਨੁਸਾਰ ਵਿਚਾਰ ਕੀਤਾ ਜਾਵੇਗਾ ਤਾਂ ਇਹ ਅਗਲਾ ਪੁਆਇੰਟ ਕੀ ਹੈ ਦੋਸਤੋ ਕਿ ਉਪਰੋਕਤ ਤੋਂ ਇਲਾਵਾ ਸਰਕਾਰ ਪੱਧਰ ਤੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਜਗ੍ਹਾ ਕਮਰਿਆਂ ਤੇ ਹੋਰ ਇਨਫਰਾਸਟ੍ਰਕਚਰ ਦੀ ਘਾਟ ਹੋਣ ਕਿਸੇ ਵੀ ਪ੍ਰਬੰਧਕੀ ਪੱਖੋਂ ਜਾਂ ਫਿਰ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖੇ ਦਖਦੇ ਹੋਏ ਸਕੂਲਾਂ ਨੂੰ ਡਬਲ ਸ਼ਿਫਟ ਦੇ ਵਿੱਚ ਕੀਤਾ ਜਾ ਸਕਦਾ ਹੈ ਤਾਂ ਦੇਖੋ ਦੋਸਤੋ ਉੱਪਰ ਕੀ ਪੁਆਇੰਟ ਹੈ ਹੁਣ ਆਪਣਾ ਚੌਥਾ ਪੁਆਇੰਟ ਕਿ ਜੇਕਰ ਉਪਰੋਕਤ ਦਰਸਾਏ ਪੈਰਾ 1. 2. ਤੀਸਰਾ ਪੁਆਇੰਟ ਯਾਨੀ ਕਿ ਜਿਹੜੇ ਉੱਪਰ ਤੁਹਾਨੂੰ ਮੈਂ 2 1 2 3 ਪੁਆਇੰਟ ਦੱਸਿਆ ਨੇ ਠੀਕ ਹੈ ਜੀ ਤਿੰਨ ਤੱਕ ਤਾਂ ਦਰਜ ਸਥਿਤੀ ਅਨੁਸਾਰ ਤਾਂ ਉਹਦੇ ਵਿੱਚ ਦੋਸਤੋ ਜਿਹੜੇ ਲੜੀ ਨੰਬਰ ਠੀਕ ਹੈ ਜੀ ਤੇ ਅੱਗੇ ਵੀ ਹੈ ਆਪਣਾ ਇਹ ਚਾਰ 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 ਟਾਈਮਿੰਗ ਦਿੱਤੀਆਂ ਹੋਈਆਂ ਹਨ ਤਾਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜਿਹੜੇ ਪ੍ਰਾਇਮਰੀ ਸਕੂਲ ਨੇ ਉਹ ਗਰਮੀਆਂ ਦੇ ਵਿੱਚ 1 April ਤੋਂ ਲੈ ਕੇ 30 September ਤੱਕ ਸਵੇਰ ਦੀ ਸ਼ਿਫਟ ਦੇ ਵਿੱਚ ਚੱਲਣਗੇ ਤੇ ਜਿਹੜੇ ਪ੍ਰਾਇਮਰੀ ਸਕੂਲ ਹੀ ਸਰਦੀਆਂ ਦੇ ਵਿੱਚ ਠੀਕ ਹੈ ਜੀ ਉਹ 1 October ਤੋਂ ਲੈ ਕੇ 31 March ਤੱਕ ਸ਼ਾਮ ਦੀ ਸ਼ਿਫਟ ਦੇ ਵਿੱਚ ਚੱਲਣਗੇ ਠੀਕ ਹੈ ਤਾਂ ਹੁਣ ਜਿਹੜੇ ਹੈਗੇ ਦੂਸਰੇ ਅਪਰ ਪ੍ਰਾਇਮਰੀ ਵਾਲੇ ਠੀਕ ਹੈ ਤਾਂ ਉਹਨਾਂ ਦੇ ਗਰਮੀਆਂ ਦੇ ਵਿੱਚ ਦੋਸਤੋ ਚੱਲਣਗੇ 1 April ਤੋਂ ਲੈ ਕੇ 30 September ਤੱਕ ਸ਼ਾਮ ਦੀ ਸ਼ਿਫਟ ਦੇ ਵਿੱਚ ਸਕੂਲ ਠੀਕ ਹੈ ਜੀ ਤੇ ਉਹੀ ਅੱਪਰ ਪ੍ਰਾਇਮਰੀ ਸਕੂਲ ਸਰਦੀਆਂ ਦੇ ਵਿੱਚ 1 ਅਕਤੂਬਰ ਤੋਂ ਲੈ ਕੇ 31 ਮਾਰਚ ਤੱਕ ਸਵੇਰ ਦੀ ਸ਼ਿਫਟ ਦੇ ਵਿੱਚ ਚੱਲਣਗੇ ਸਕੂਲ ਇਹ ਇੱਥੇ ਗੱਲ ਕਹੀ ਹੋਈ ਹੈ ਇਹਨਾਂ ਨੇ ਤੇ ਪੰਜਵਾਂ ਪੁਆਇੰਟ ਦੋਸਤੋ ਕਿ ਸਕੂਲਾਂ ਨੂੰ ਡਬਲ ਸ਼ਿਫਟ ਕਰਦੇ ਸਮੇਂ ਪਹਿਲੀ ਸ਼ਿਫਟ ਦੀ ਛੁੱਟੀ ਦੇ ਸਮੇਂ ਅਤੇ ਦੂਜੀ ਸ਼ਿਫਟ ਸ਼ੁਰੂ ਕਰਨ ਦੇ ਸਮੇਂ ਕੁਝ ਫਰਕ ਰੱਖਿਆ ਜਾਵੇ ਤਾਂ ਜੋ ਪਹਿਲੀ ਸ਼ਿਫਟ ਦੌਰਾਨ ਪੜ ਰਹੇ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਸਕੂਲ ਵਿੱਚ ਅਨੁਸ਼ਾਸਨ ਬਣਾਇਆ ਰਹੇ ਇਸ ਲਈ ਡਬਲ ਸ਼ਿਫਟ ਵਾਲੇ ਸਕੂਲ ਦਾ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ ਤਾਂ ਦੇਖ ਸਕਦੇ ਹੋ ਕਿ ਸੈਸ਼ਨ ਠੀਕ ਹੈ ਜੀ ਯਾਨੀ ਕਿ ਗਰਮੀਆਂ ਦੇ ਵਿੱਚ ਮਿੱਤੀ 1 April ਤੋਂ ਲੈ ਕੇ 31 October ਤੱਕ ਸਵੇਰ ਦੀ ਸ਼ਿਫਟ ਠੀਕ ਹੈ ਜੀ ਜਿਹੜੀ ਹੈਗੀ ਆ ਉਹ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਚੱਲੇਗੀ ਤਾਂ ਇੱਥੇ ਮੈਂ ਫਿਰ ਤੋਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਗਰਮੀਆਂ ਦੇ ਵਿੱਚ ਮੰਨ ਕੇ ਚੱਲੋ ਠੀਕ ਹੈ ਜੀ ਜਿਹੜਾ 1 April ਤੋਂ ਲੈ ਕੇ 1 31 October ਤੱਕ ਠੀਕ ਹੈ ਜਿਹੜੀ ਤੁਹਾਡੀ ਸਵੇਰ ਦੀ ਸ਼ਿਫਟ ਹੋएगी ਜਿਹੜੇ ਸਵੇਰ ਸ਼ਿਫਟ ਦੇ ਵਿੱਚ ਵਿਦਿਆਰਥੀ ਹੋਣਗੇ ਉਹਨਾਂ ਦੀ ਕਲਾਸ ਜਿਹੜੀ ਹੈ ਕਿ 7 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲਣਗੀਆ ਤੇ ਗਰਮੀਆਂ ਦੇ ਵਿੱਚ ਠੀਕ ਹੈ ਜੀ ਤਾਂ ਗਰਮੀਆਂ ਦੇ ਵਿੱਚ ਦੋਸਤੋ 1 April ਤੋਂ ਲੈ ਕੇ 31 October ਤੱਕ ਜਿਹੜੀ ਸ਼ਾਮ ਦੀ ਸ਼ਿਫਟ ਚੱਲੇਗੀ ਤੁਹਾਡੀ ਠੀਕ ਹੈ ਜੀ ਉਹ ਦੁਪਹਿਰ 12:30 ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਚੱਲੇਗੀ ਤੇ ਉਸ ਤੋਂ ਬਾਅਦ ਦੋਸਤੋ ਜਿਹੜੀ ਤੁਹਾਡੀ ਦੂਸਰੀ ਜਿਹੜੀ ਹੈਗੀ ਆ ਠੀਕ ਹੈ ਤਾਂ ਸਰਦੀਆਂ ਦੇ ਵਿੱਚ ਤਾਂ ਹੁਣ ਸਰਦੀਆਂ ਦੇ ਵਿੱਚ ਗੱਲ ਕਰ ਲਓ ਦੋਸਤੋ ਕਿ 1 November ਤੋਂ ਲੈ ਕੇ ਜਿਹੜਾ ਹੈਗਾ 31 March ਤੱਕ ਠੀਕ ਹੈ ਜੀ ਤਾਂ ਸਵੇਰ ਦੀ ਸ਼ਿਫਟ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਸਕੂਲ ਜਿਹੜੀ ਹੈਗੇ ਆ ਉਹ 7:30 ਤੋਂ ਲੈ ਕੇ 12: 15 ਤੱਕ ਲੱਗਣਗੇ ਤੇ ਸਰਦੀਆਂ ਦੇ ਵਿੱਚ ਹੀ ਦੋਸਤੋ ਠੀਕ ਹੈ ਪਰ ਡੇਟ ਇੱਥੇ ਧਿਆਨ ਰੱਖਿਓ 1 ਨਵੰਬਰ ਤੋਂ ਲੈ ਕੇ 31 ਮਾਰਚ ਤੱਕ 1 ਨਵੰਬਰ ਤੋਂ ਲੈ ਕੇ 31 ਮਾਰਚ ਤੱਕ ਸਰਦੀਆਂ ਦੇ ਵਿੱਚ ਠੀਕ ਹੈ ਜੀ ਤਾਂ ਸ਼ਾਮ ਦੀ ਜਿਹੜੇ ਸ਼ਿਫਟ ਦੇ ਵਿਦਿਆਰਥੀ ਹੋਣਗੇ ਉਹ ਦੁਪਹਿਰ 12:30 ਤੋਂ ਲੈ ਕੇ ਸ਼ਾਮ 5:15 ਤੱਕ ਆਪਣੀ ਜਿਹੜੀ ਕਲਾਸਿਸ ਹੈ ਉਹ ਲਗਾਣਗੇ ਤਾਂ ਇੱਥੇ ਹੁਣ ਦੋਸਤੋ ਕੀ ਧਿਆਨ ਰੱਖਣ ਵਾਲੀ ਗੱਲ ਹੈ ਆਹ ਜਿਹੜੀਆਂ ਚੀਜ਼ਾਂ ਹਨ ਠੀਕ ਹੈ ਜੀ ਆਹ ਵਾਲੀ ਚੀਜ਼ ਠੀਕ ਹੈ ਜੀ ਆਏ ਇਹਨੂੰ ਤੇ ਅਈ ਇਹਨੂੰ ਠੀਕ ਹੈ ਇਹਨੂੰ ਇਹ ਮਤਲਬ ਕਈ ਜਿਹੜੇ ਵਿਦਿਆਰਥੀ ਸਰਦੀ ਦੇ ਵਿੱਚ ਹੀ ਤੇ ਆਹ ਸਰਦੀ ਦੇ ਤਾਂ ਦੋ ਤਰ੍ਹਾਂ ਦੇ ਵਿਦਿਆਰਥੀ ਹੋਣਗੇ ਠੀਕ ਹੈ ਜੀ 1 ਨਵੰਬਰ ਤੋਂ ਲੈ ਕੇ 31 ਮਾਰਚ ਤੱਕ 1 ਨਵੰਬਰ ਤੋਂ ਲੈ ਕੇ 31 ਮਾਰਚ ਤੱਕ ਇਥੇ ਤੱਕ ਸੇਮ ਹੈ ਤਾਂ ਇੱਕ ਵਿਦਿਆਰਥੀ ਆਣਗੇ ਸਵੇਰ ਦੀ ਸ਼ਿਫਟ ਦੇ ਵਿੱਚ ਠੀਕ ਹੈ ਜੀ ਆ ਅਸੀਂ ਤੁਹਾਨੂੰ ਇੱਥੇ ਕਲੀਅਰ ਕਰ ਦਿੰਦੇ ਹਾਂ ਪਹਿਲਾਂ ਕਿ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਵਿਦਿਆਰਥੀ ਆਣਗੇ ਕਹਾਂਗੇ ਸ਼ਾਮ ਦੀ ਸ਼ਿਫਟ ਦੇ ਵਿੱਚ ਤਾਂ ਜਿਹੜੇ ਸਵੇਰ ਦੀ ਸ਼ਿਫਟ ਦੇ ਵਿੱਚ ਆਣਗੇ ਉਹ 7:30 ਵਜੇ ਤੋਂ ਆਉਣਗੇ ਤੇ 12:15 ਤੋਂ ਉਹਨਾਂ ਦੀ ਛੁੱਟੀ ਹੋ ਜਾਏਗੀ ਤੇ ਜਿਹੜੇ ਸ਼ਾਮ ਦੀ ਸ਼ਿਫਟ ਦੇ ਵਿੱਚ ਆਣਗੇ ਠੀਕ ਹੈ ਜੀ ਉਹ 12:30 ਤੋਂ ਲੈ ਕੇ 15:05 ਤੱਕ ਪੰਦਰ ਜਿਹੜਾ ਹੈਗਾ 5 15 ਤੱਕ ਪੜਨਗੇ ਯਾਨਕਿ 5 ਵਜੇ ਕੇ 15 ਮਿੰਟ ਤੱਕ ਉਹ ਆਪਣੇ ਸਕੂਲ ਦੇ ਵਿੱਚ ਪੜਨਗੇ ਫਿਰ ਉਹਨਾਂ ਦੀ ਛੁੱਟੀ ਹੋਏਗੀ ਤੇ ਇਸੇ ਤਰ੍ਹਾਂ ਦੋਸਤੋ ਗਰਮੀਆਂ ਦੇ ਵਿੱਚ ਆਹ ਡੇਟ ਤੇ ਆਹ ਡੇਟ ਸੇਮ ਆ ਠੀਕ ਹੈ ਤੇ ਜਿਹੜਾ ਸ਼ਿਫਟ ਹੈ ਉਹਦੇ ਵਿੱਚ ਚੇਂजेस ਆ ਜਿਵੇਂ ਕਿ ਦੇਖੋ ਜਿਹੜੇ ਸਵੇਰ ਦੀ ਸ਼ਿਫਟ ਦੇ ਵਿੱਚ ਆਣਗੇ ਉਹਨਾਂ ਦੀ ਜਿਹੜੀ ਕਲਾਸ ਹੈ 7 ਵਜੇ ਤੋਂ ਲੈ ਕੇ 12 ਵਜੇ ਤੱਕ ਲੱਗੇਗੀ ਤੇ ਜਿਹੜੇ ਸ਼ਾਮ ਦੀ ਸ਼ਿਫਟ ਦੇ ਵਿੱਚ ਆਣਗੇ ਦੋਸਤੋ ਉਹਨਾਂ ਦੀ ਕਲਾਸ ਹੈ ਜਿਹੜੀ 12:30 ਤੱਕ 12:30 ਤੋਂ ਲੈ ਕੇ 5:30 ਤੱਕ ਲੱਗੇਗੀ ਹੁਣ ਦੋਸਤੋ ਇਹ ਕਿਵੇਂ ਡਿਸਾਈਡ ਹੋਊਗਾ ਕਿ ਕਿਹੜਾ ਵਿਦਿਆਰਥੀ ਕਿਹੜੇ ਸ਼ਿਫਟ ਦੇ ਵਿੱਚ ਆਏਗਾ ਕਿ ਤੁਸੀਂ ਸ਼ਾਮ ਦੀ ਸ਼ਿਫਟ ਦੇ ਵਿੱਚ ਆਉਂਗੇ ਕਿ ਸਵੇਰ ਦੀ ਸ਼ਿਫਟ ਦੇ ਵਿੱਚ ਆਉਂਗੇ ਇਹ ਦੋਸਤੋ ਤੁਹਾਡੇ ਸਕੂਲ ਵਾਲੇ ਡਿਸਾਈਡ ਕਰਨਗੇ ਤਾਂ ਦੇਖ ਸਕਦੇ ਹੋ ਕਿ ਡਬਲ ਸ਼ਿਫਟ ਜਮਾਤ ਅਤੇ 6ਵੀਂ ਜਮਾਤ ਤੋਂ 10ਵੀਂ 12ਵੀਂ ਜਮਾਤ ਤੱਕ ਹਨ ਠੀਕ ਹੈ ਜੀ ਤਾਂ ਇੱਥੇ ਮੈਂ ਫਿਰ ਤੋਂ ਦੱਸ ਦੇਣਾ ਚਾਹੁੰਦਾ ਕਿ ਜਿੱਥੇ ਸਕੂਲ ਪਹਿਲੀ ਜਮਾਤ ਤੋਂ 10ਵੀਂ 12ਵੀਂ ਤੱਕ ਹਨ ਠੀਕ ਹੈ ਜੀ ਪਹਿਲੀ ਤੋਂ ਲੈ ਕੇ 10ਵੀਂ 12ਵੀਂ ਜਮਾਤ ਤੱਕ ਹਨ ਅਤੇ ਜਿਹੜੀ ਅਤੇ 6ਵੀਂ ਜਮਾਤ ਤੋਂ ਲੈ ਕੇ ਜਿਹੜੇ 10ਵੀਂ 12ਵੀਂ ਜਮਾਤ ਤੱਕ ਹਨ ਤਾਂ ਉੱਥੇ ਸਕੂਲ ਮੁਖੀ ਦੀ ਠੀਕ ਹੈ ਜੀ ਵਿਖਟ ਹੈਰ ਦਾ ਘਟੋ ਘਟ ਸਮਾ ਗਰਮੀਆਂ ਦੌਰਾਨ 7 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਹੋਵੇਗਾ ਠੀਕ ਹੈ ਅਤੇ ਸਰਦੀਆਂ ਦੌਰਾਨ ਸਵੇਰੇ 6:00 ਸਾਢੇ 7:00 ਤੋਂ ਲੈ ਕੇ 1:30 ਵਜੇ ਤੱਕ ਤਾਂ ਹੋਵੇਗਾ ਤੇ ਬਾਕੀ ਸਮੇਂ ਦੌਰਾਨ ਸਕੂਲ ਦੇ ਅਨੁਸ਼ਾਸਨ ਦੀ ਜ਼ਿੰਮੇਵਾਰੀ ਸਕੂਲ ਦੇ ਸਭ ਤੋਂ ਸੀਨੀਅਰ ਅਧਿਆਪਕ ਦੀ ਹੋਵੇਗੀ ਇਸ ਤੋਂ ਇਲਾਵਾ ਡਬਲ ਸ਼ਿਫਟ ਹੋਏ ਸਕੂਲਾਂ ਦੇ ਉਪਰੋਕਤ ਦਰਸਾਏ ਸਮੇਂ ਦੌਰਾਨ ਸਬੰਧਤ ਸਕੂਲਾਂ ਦੇ ਮੁਖੀ ਸਭ ਤੋਂ ਸੀਨੀਅਰ ਅਧਿਆਪਕ ਦੇ ਸਕੂਲ ਦੇ ਅਨੁਸ਼ਾਸਨ ਦੀ ਜ਼ਿੰਮੇਵਾਰੀ ਵੀ ਹੋਵੇਗੀ ਤਾਂ ਦੋਸਤੋ ਇੱਥੇ ਸਕੂਲ ਮੁਖੀ ਜਿਹੜਾ ਹੈਗਾ ਵਾ ਠੀਕ ਹੈ ਜੀ ਉਹ ਜਿਹੜਾ ਸਕੂਲ ਮੁਖੀ ਹੋਏਗਾ ਸਕੂਲ ਵਿੱਚ ਠਹਿਰਨ ਦਾ ਜਿਹੜਾ ਘੱਟੋ ਘੱਟ ਜਿਹੜਾ ਸਮਾਂ ਹੈ ਗਰਮੀਆਂ ਦੇ ਵਿੱਚ ਉਹ 7 ਦਾ ਹੋਵੇਗਾ ਜਿਹੜਾ ਤੁਹਾਡਾ ਸਕੂਲ ਦਾ ਮੁਖੀ ਹੈ ਉਹ 1 ਵਜੇ ਤੱਕ ਤਾਂ ਰੁਕੇਗਾ ਹੀ ਰੁਕੇਗਾ ਠੀਕ ਹੈ ਜੀ ਤੇ ਸਰਦੀਆਂ ਦੇ ਵਿੱਚ ਦੋਸਤੋ 7:30 ਤੋਂ ਲੈ ਕੇ 1:30 ਤੱਕ ਦਾ ਹੋਵੇਗਾ ਤੇ ਬਾਕੀ ਸਮੇਂ ਦੌਰਾਨ ਦੋਸਤੋ ਜਿਹੜਾ ਜ਼ਿੰਮੇਵਾਰੀ ਹੈਗੀ ਆ ਉਹ ਜਿਹੜੇ ਸੀਨੀਅਰ ਅਧਿਆਪਕ ਦੀ ਹੋਵੇਗੀ ਸਕੂਲ ਦੇ ਵਿੱਚ ਇਹਦੇ ਵਿੱਚ ਆਹ ਪੁਆਇੰਟ ਜਿਹੜਾ ਲਿਖਿਆ ਹੋਇਆ ਹੈ ਵਾ ਤੇ ਅੱਗੇ ਦੋਸਤੋ ਇੱਥੇ ਪ੍ਰਮੁੱਖ ਜਿਹੜੇ ਸਕੱਤਰ ਦੇ ਸਕੂਲ ਸਿੱਖਿਆ ਦੇ ਇਹਨਾਂ ਦੇ ਸਾਈਨ ਵੀ ਹੈਗੇ ਆ ਠੀਕ ਹੈ ਜੀ ਤਾਂ ਇਹ ኦਫੀਸ਼ਲ ਲੈਟਰ ਹੈ ਦੋਸਤੋ ਤੇ ਹੁਣ ਦੋਸਤੋ ਇਹ ਕਿਵੇਂ ਹੋਏਗਾ ਇਹ ਜਦੋਂ ਤੁਹਾਡੇ 1.5 ਮਹੀਨੇ ਦੀ ਜਿਹੜੀ ਛੁੱਟੀਆਂ ਹੈਗੀਆਂ ਨੇ ਜਦੋਂ ਖਤਮ ਹੋ ਕੇ ਤੁਸੀਂ ਸਕੂਲ ਜਾਓਗੇ ਤਾਂ ਉਦੋਂ ਇਹ ਸਾਰਾ ਕੁਝ ਤੁਹਾਡਾ ਇਹ ਕਲੀਅਰ ਹੋਵੇਗਾ ਕਿ ਹਾਂ ਵੀ ਤੁਹਾਡੇ ਕਿਹੜੇ ਸ਼ਿਫਟ ਦੇ ਅੰਦਰ ਤੁਸੀਂ ਆ ਰਹੇ ਹੋ ਜਾਂ ਕਿਹੜੇ ਸ਼ਿਫਟ ਦੇ ਅੰਦਰ ਤੁਸੀਂ ਨਹੀਂ ਹੈ ਠੀਕ ਹੈ ਤੇ ਦੋਸਤੋ ਦੂਸਰੀ ਖਬਰ ਇਹ ਹੈ ਕਿ 5ਵੀਂ ਕਲਾਸ ਵਾਲਿਆਂ ਦਾ ਰਿਜ਼ਲਟ ਹੈ ਜਿਹੜਾ ਡਿਕਲੇਅਰ ਹੋ ਚੁੱਕਿਆ ਹੈ ਦੇਖੋ ਟਾਪਰ ਰਹੇ ਵਿਦਿਆਰਥੀ ਇਸ ਵਾਰ ਮੈਰਿਟ ਲਿਸਟ ਵੀ ਆਈ ਹੋਈ ਹੈ ਤਾਂ ਦੇਖ ਸਕਦੇ ਹੋ ਕਿ 5ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ ਠੀਕ ਹੈ ਜ ਕਪੂਰਥਲਾ ਦੇ ਦੋ ਵਿਦਿਆਰਥੀ ਨੇ ਪਹਿਲਾ ਤਿੰਨ ਪੋਜੀਸ਼ਨਾਂ ਜਿਹੜੀਆਂ ਹੈਗੀਆਂ ਨੇ ਪਹਿਲੀਆਂ ਤਿੰਨ ਪੋਜੀਸ਼ਨਾਂ ਵਿੱਚੋਂ ਦੋ ਪੋਜੀਸ਼ਨਾਂ ਹਾਸਲ ਕੀਤੀਆਂ ਹਨ ਤਾਂ ਦੇਖ ਸਕਦੇ ਹੋ ਕਿ ਇਹ ਜਿਹੜੀ ਮੈਰਿਟ ਲਿਸਟ ਆਈ ਹੋਈ ਹੈ ਇਹਦੇ ਵਿੱਚ ਦੋਸਤੋ ਜਿਹੜਾ ਪਹਿਲਾ ਸਥਾਨ ਹੈ ਪੰਜਵੀਂ ਕਲਾਸ ਦਾ ਜਿਹੜਾ ਰਿਜ਼ਲਟ ਆਇਆ ਹੈ ਤੁਹਾਡਾ ਟਰਮ 1 ਅਤੇ ਟਰਮ 2 ਨੂੰ ਦੋਨਾਂ ਨੂੰ ਮਿਲਾ ਕੇ ਫਾਈਨਲ ਰਿਜ਼ਲਟ ਆਇਆ ਹੈ ਠੀਕ ਹੈ ਜੀ ਇਹ ਕੱਲਾ ਟਰਮ 2 ਦਾ ਰਿਜ਼ਲਟ ਨਹੀਂ ਹੈ ਟਰਮ 1 ਅਤੇ ਟਰਮ 2 ਦੋਨਾਂ ਨੂੰ ਮਿਲਾ ਕੇ ਫਾਈਨਲ ਰਿਜ਼ਲਟ ਡਿਕਲੇਅਰ ਹੋ ਚੁੱਕਿਆ ਹੈ ਪੰਜਵੀਂ ਕਲਾਸ ਵਾਲਿਆਂ ਦਾ ਤਾਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲੇ ਸਥਾਨ ਤੇ ਦ ਕੁਝ ਨਾਮ ਇਹਨਾਂ ਦਾ ਤੇ ਉਹ ਆਏ ਨੇ ਦੂਜੇ ਸਥਾਨ ਤੇ ਤੇ ਇਸੇ ਤਰ੍ਹਾਂ ਦੋਸਤੋ ਤੀਸਰੇ ਸਥਾਨ ਦੇ ਵਿੱਚ ਜਿਹੜੀ ਹੈਗੀ ਸਹਿਸਪ੍ਰੀਤ ਕੌਰ ਜਿਹੜੀ ਆਈ ਹੈ 3rd ਪੋਜੀਸ਼ਨ ਤੇ ਇਸੇ ਤਰ੍ਹਾਂ ਦੋਸਤੋ ਆਪ ਦੇਖ ਸਕਦੇ ਹੋ ਕਿ ਪਾਸ ਪਰਸੈਂਟੇਜ ਵੀ ਦਿਖਾਈ ਹੋਈ ਹੈ ਕਿ ਨੰਬਰ ਆਫ ਕੈਂਡੀਡੇਟ ਐਨੇ ਸੀਗੇ ਐਨੇ ਵਿਦਿਆਰਥੀ ਪਾਸ ਹੋਏ ਤੇ ਠੀਕ ਹੈ ਤੇ ਇਹਦੇ ਵਿੱਚ ਇੰਨੇ ਪ੍ਰਤੀਸ਼ਤ ਹੈਗੇ ਆ ਜਿਹੜੇ ਅ ਪ੍ਰਤੀਸ਼ਤ ਵਿਦਿਆਰਥੀ ਜਿਹੜੇ ਹੈਗੇ ਆ ਜਿਹੜੇ ਪਰਸੈਂਟੇਜ ਬਣੀ ਆ ਤਾਂ ਪਾਸ ਪਰਸੈਂਟੇਜ ਆਫ ਗਰਲਸ ਵੀ ਦਿੱਤੀ ਹੋਈ ਆ ਬॉयਜ਼ ਦੀ ਵੀ ਦਿੱਤੀ ਹੋਈ ਆ ਤੇ ਸਕੂਲ ਅਕੋਰਡਿੰਗ ਵੀ ਦਿੱਤੀਆਂ ਹੋਈਆਂ ਹਨ ਠੀਕ ਹੈ ਤਾਂ ਇਹ ਦੇਖ ਸਕਦੇ ਹੋ ਕਿ ਜਿਹੜਾ 2022 ਦੇ ਵਿੱਚ ਪਾਸ ਜਿਹੜੀ ਪ੍ਰਸੈਸ ਉਹ ਦੇਖੋ ਕਿੰਨੀ ਹੈ 99.57 ਠੀਕ ਹੈ ਪ੍ਰਤੀਸ਼ਤ ਜਿਹੜੇ ਬੱਚੇ ਹੈਗੇ ਆ ਉਹ ਪਾਸ ਹੋਏ ਹਨ ਜਿਹੜੀ ਇਹਦੇ ਵਿੱਚ ਹੈ ਤੇ 2021 ਤੇ 2020 ਦੀ ਵੀ ਦਿੱਤੀਆਂ ਹੋਈਆਂ ਹਨ ਤਾਂ ਇਸੇ ਤਰ੍ਹਾਂ ਦੋਸਤੋ ਹੋਰ ਜਿਹੜੇ ਮੈਰਿਟ ਲਿਸਟ ਦੇ ਅਕੋਰਡਿੰਗ ਠੀਕ ਹੈ ਜੀ ਤਾਂ ਦੇਖ ਸਕਦੇ ਹੋ ਕਿ ਕਿਹੜਾ ਜ਼ਿਲ੍ਹਾ ਟੌਪ ਤੇ ਰਿਹਾ ਹੈ ਯਾਨੀ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਵਿਦਿਆਰਥੀ ਪਾਸ ਹੋਏ ਹਨ ਤਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਆ ਦੇਖ ਸਕਦੇ ਹੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਜਿਹੜਾ ਜਾਰੀ ਕੀਤਾ ਗਿਆ ਵਾ ਤੇ ਇਹਦੇ ਵਿੱਚ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਲਿਸਟ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਤੀਜੇ ਵਿੱਚੋਂ ਨੰਬਰ 1 ਰਿਹਾ ਹੈ ਯਾਨੀ ਕਿ ਜਿਹੜਾ ਐਸਬੀਐਸ ਨਗਰ ਹੈ ਜਿਹੜਾ ਠੀਕ ਹੈ ਜੀ ਉਹ ਸਭ ਤੋਂ ਟੌਪ ਦੇ ਵਿੱਚ ਰਿਹਾ ਹੈ ਉੱਥੇ ਦੇ ਜਿਹੜੇ ਵਿਦਿਆਰਥੀ ਹਨ ਠੀਕ ਹੈ ਜੀ ਉਹ ਉੱਥੇ ਜ਼ਿਆਦਾ ਵਿਦਿਆਰਥੀ ਪਾਸ ਕੋਈ ਅੰਜਮੀ ਕੀ ਦੇਖ ਸਕਦੇ ਹੋ SBS ਨਗਰ ਠੀਕ ਹੈ 90.99.83 ਜਿਹੜੇ ਵਿਦਿਆਰਥੀ ਹੈਗੇ ਆ ਉਹ ਉੱਥੇ ਪਾਸ ਹੋਏ ਹਨ ਠੀਕ ਹੈ ਜੀ ਤੇ ਇਸੇ ਤਰ੍ਹਾਂ ਤਰਨਤਾਰ ਅਮਰੀਕ ਸਰ ਮੋਗਾ ਸਾਰਿਆਂ ਦੇ ਜਿਹੜੇ ਹੈਗੇ ਠੀਕ ਹੈ ਜੀ ਆ ਪਰਸੈਂਟੇਜ ਵਗੈਰਾ ਦਿੱਤੀ ਹੋਈ ਹੈ ਨਹੀਂ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਇਹ ਸਬਜੈਕਟ ਸੀਗੇ ਤੇ ਇਸ ਤਰ੍ਹਾਂ ਇਹ ਸਬਜੈਕਟ ਦੇ ਵਿੱਚ ਇੰਨੇ ਨੇ ਵਿਦਿਆਰਥੀ ਹਾਜ਼ਰ ਹੋਏ ਸੀਗੇ ਤੇ ਇੰਨੇ ਵਿਦਿਆਰਥੀ ਪਾਸ ਹੋਏ ਤੇ ਕਿੰਨੀ ਜਿਹੜੀ ਪਰਸੈਂਟੇਜ ਹੈ ਉਹ ਕਿੰਨੀ ਬਣੀ ਹੈ ਇਹ ਵੀ ਇੱਥੇ ਦਿਖਾਇਆ ਹੋਇਆ ਹੈ ਵਾ ਦੇ ਦੋਸਤੋ ਤੀਸਰੀ ਖਬਰ ਤੁਹਾਨੂੰ ਦੱਸ ਦਈਏ ਕਿ ਤੀਸਰੀ ਖਬਰ ਕੀ ਹੈ ਤੀਸਰੀ ਖਬਰ ਦੋਸਤੋ ਇਹ ਹੈ ਕਿ ਜਿਹੜੇ ਤੁਹਾਡੇ ਸਰਕਾਰੀ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਿਹੜੀ ਡੇਟ 15 ਜਿਹੜੀ 12 5 ਤੇ 13 5 ਯਾਨਕੀ 12 ਮਈ ਨੂੰ ਤੇ 13 ਮਈ ਨੂੰ ਮਾਪਿਆਂ ਤੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ ਠੀਕ ਹੈ ਜੀ ਤਾਂ ਇਹ ਜਿਹੜੀ ਮਾਪਿਆਂ ਤੇ ਅਧਿਆਪਕ ਮਿਲਣੀ ਹੈ ਉਹ ਸਿਰਫ ਨਾਨ ਬੋਰਡ ਜਮਾਤਾਂ ਦੇ ਲਈ ਕਰਵਾਈ ਜਾ ਰਹੀ ਹੈ ਠੀਕ ਹੈ ਜੀ ਤੇ ਇਹ ਕਿਉਂ ਕਰਵਾਈ ਜਾ ਰਹੀ ਹੈ ਦੋਸਤੋ ਮਾਪਿਆਂ ਨੂੰ ਇਸ ਬਾਰੇ ਜਾਗਰੂਕ ਕਰੋ ਤਾਂ ਜੋ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦੀ ਕਿਸ ਤਰ੍ਹਾਂ ਕਿਵੇਂ ਮਦਦ ਕਰ ਸਕਦੇ ਹਾਂ ਠੀਕ ਹੈ ਜੀ ਤਾਂ ਇਸ ਲਈ ਦੋਸਤੋ ਬੱਚਿਆਂ ਦੀ ਜਿਹੜੀ ਛੁੱਟੀਆਂ ਹੈ ਉਹ 16 5 ਤੋਂ ਲੈ ਕੇ ਠੀਕ ਹੈ 31 5 ਤੱਕ ਆਨਲਾਈਨ ਲੱਗਣੀਆਂ ਹਨ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ ਤੇ ਸਮਰ ਕੈਂਪ ਬਾਰੇ ਲਗਾਏ ਜਾ ਰਹੇ ਹਨ ਤਾਂ ਉਹਦੇ ਬਾਰੇ ਵੀ ਜਾਣ ਤਾਂ ਤੁਹਾਡੀ ਜਿਹੜੀ ਡੇਟ ਹੈ ਦੋਸਤੋ ਉਹ ਕਿਹੜੀ ਹੈ 12 5 ਤੇ 13 5 ਦੋ ਦਿਨ ਮਾਪੇ ਤੇ ਆਪਾਂ ਨੂੰ ਮਿਲਣੀ ਹੋਏਗੀ ਤਾਂ ਇਸ ਦਿਨ ਦੋਸਤੋ ਤੁਸੀਂ ਆਪਣੇ ਮਾਪੇ ਨੂੰ ਜਿਹੜੇ ਹੈਗੇ ਠੀਕ ਹੈ ਜਿਹੜੇ ਆਪਣੇ ਮੰਮੀ ਜਾਂ ਫਿਰ ਡੈਡੀ ਨੂੰ ਤੁਸੀਂ ਆਪਣੇ ਸਕੂਲ ਦੇ ਵਿੱਚ ਲੈ ਕੇ ਜਾਓਗੇ ਠੀਕ ਹੈ ਜੀ ਤਾਂ ਉੱਥੇ ਤੁਹਾਨੂੰ ਇਹ ਮੀਟਿੰਗ ਹੋਏਗੀ ਉਹਦੇ ਵਿੱਚ ਜਾਣਕਾਰੀ ਦਿੱਤੀ ਜਾਊਗੀ ਠੀਕ ਹੈ ਜੀ ਆਹ ਤੀਸਰੀ ਖਬਰ ਸੀ ਕਿ ਬੱਸ ਦੋਸਤੋ ਇਹੀ ਖਬਰ ਆ ਬਾਕੀ ਕੋਈ ਫਰਦਰ ਜੇ ਖਬਰ ਆਂਦੀ ਹੈ ਤਾਂ ਤੁਹਾਨੂੰ ਜਰੂਰ ਦੱਸਾਂਗੇ